ਇੱਕ ਤੇਜ਼ ਰਫ਼ਤਾਰ ਔਡੀ ਕਾਰ ਦਾ ਕਹਿਰ ਦੇਖਣ ਨੂੰ ਮਿਲਿਆ, ਜਿਸ ਨੇ ਕਿ ਰਾਹ ਦੇ ਵਿੱਚ ਖੜ੍ਹੀ ਇੱਕ ਆਰਟੀਗਾ ਕਾਰ ਨੂੰ ਜ਼ਬਰਦਸਤ ਟੱਕਰ ਮਾਰੀ ਹੈ। ਹਾਲਾਂਕਿ ਟੱਕਰ ਇੰਨੀ ਜ਼ਬਰਦਸਤ ਸੀ ਕਿ ਜੋ ਔਡੀ ਕਾਰ ਹੈ ਉਹ ਆਰਟੀਗਾ ਨੂੰ ਘੱਟੋ ਘੱਟ 20 ਫੁੱਟ ਤੱਕ ਘੜੀਸਦੇ ਹੋਏ ਲੈ ਗਈ, ਜਿਸ ਤੋਂ ਬਾਅਦ ਆਰਟੀਗਾ ਕਾਰ ਇੱਕ ਦੁਕਾਨ ਦੇ ਵਿੱਚ ਵੜਦੀ ਹੈ, ਜਿਸ ਦੇ ਵਿੱਚ 2 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋਏ ਦੱਸੇ ਜਾ ਰਹੇ ਨੇ। ਤਾਂ ਦੱਸ ਦਈਏ ਕਿ ਚਾਹ ਦੀ ਦੁਕਾਨ ਦੇ ਵਿੱਚ ਧੱਕ ਕੇ ਉਸ ਨੂੰ ਸੁੱਟਿਆ ਗਿਆ ਕਾਰ ਨੂੰ, ਅਤੇ ਇਸ ਦੇ ਨਾਲ ਹੀ 2 ਲੋਕ ਉਸ ਦੇ ਵਿੱਚ ਜ਼ਖਮੀ ਹੋ ਗਏ ਨੇ। ਤਾਂ ਭਿਆਨਕ ਹਾਦਸੇ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ। ਦੱਸ ਦਈਏ ਕਿ ਔਡੀ ਸਵਾਰ ਜੋ ਸੀ ਉਹ ਸਾਰੇ ਹੀ ਨਸ਼ੇ ਦੇ ਵਿੱਚ ਧੁੱਤ ਦੱਸੇ ਜਾ ਰਹੇ ਨੇ, ਜਿਨ੍ਹਾਂ ਦੀਆਂ ਲੱਤਾਂ ਵੀ ਭਾਰ ਨਹੀਂ ਸੀ ਚੱਲ ਰਹੀਆਂ। ਮੌਕੇ ਦੇ ਉੱਤੇ ਮੌਜੂਦ ਲੋਕਾਂ ਦੇ ਵੱਲੋਂ ਜਦੋਂ ਪੁਲਿਸ ਨੂੰ ਬੁਲਾਇਆ ਗਿਆ ਤਾਂ ਪੁਲਿਸ ਵੀ ਪਹਿਲਾਂ ਤਾਂ 1 ਕਿਲੋਮੀਟਰ ਪਿੱਛੇ ਤੱਕ ਖੜ੍ਹੀ ਰਹੀ, ਮੌਕੇ ਦੇ ਉੱਤੇ ਪਹੁੰਚੀ ਨਹੀਂ, ਅਤੇ ਫਿਰ ਜਦੋਂ ਦੁਬਾਰਾ ਤੋਂ ਫੋਨ ਕੀਤਾ ਗਿਆ ਤਾਂ ਬੜੀ ਮੁਸ਼ਕਲ ਦੇ ਨਾਲ ਪੁਲਿਸ ਮੌਕੇ ਦੇ ਉੱਤੇ ਪਹੁੰਚਦੀ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰਦੀ ਹੈ। ਤਾਂ ਖਰੜ ਦੇ ਵਿੱਚ ਇਹ ਭਿਆਨਕ ਸੜਕ ਹਾਦਸਾ ਵਾਪਰਿਆ, ਜਿੱਥੇ ਇੱਕ ਤੇਜ਼ ਰਫ਼ਤਾਰ ਔਡੀ ਕਾਰ ਨੇ ਰਾਹ ਦੇ ਵਿੱਚ ਖੜ੍ਹੀ ਆਰਟੀਗਾ ਨੂੰ ਟੱਕਰ ਮਾਰ ਦਿੱਤੀ, ਜਿਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਔਡੀ ਕਾਰ ਧੁੰਦੀ ਹੋਈ ਆਰਟੀਗਾ ਨੂੰ ਇੱਕ ਦੁਕਾਨ ਦੇ ਵਿੱਚ ਵਾੜ ਦਿੰਦੀ ਹੈ, ਜਿੱਥੇ ਕਿ ਚਾਹ ਦੀ ਦੁਕਾਨ ਦੱਸੀ ਜਾ ਰਹੀ ਹੈ, ਅਤੇ 2 ਲੋਕ ਇਸ ਦੁਕਾਨ ਦੇ ਵਿੱਚ ਜੋ ਬੈਠੇ ਹੁੰਦੇ ਨੇ ਉਹ ਬੁਰੇ ਤਰੀਕੇ ਨਾਲ ਜ਼ਖਮੀ ਹੋ ਜਾਂਦੇ ਨੇ। ਹਾਲਾਂਕਿ ਜਦੋਂ ਇਸ ਔਡੀ ਦੇ ਵੱਲੋਂ ਆਰਟੀਗਾ ਨੂੰ ਧੋਇਆ ਜਾ ਰਿਹਾ ਸੀ ਤਾਂ ਇੱਕ ਬਾਈਕ ਵੀ ਇਹਨਾਂ ਦੀ ਚਪੇਟ ਦੇ ਵਿੱਚ ਆ ਜਾਂਦਾ, ਜੋ ਕਿ ਬੁਰੇ ਤਰੀਕੇ ਦੇ ਨਾਲ ਉਸਨੂੰ ਚੱਕਣਾ ਚੂਰ ਕਰ ਦਿੱਤਾ ਹੈ। ਤਾਂ ਮੌਕੇ ਦੀਆਂ ਇਹ ਤਸਵੀਰਾਂ ਖਰੜ ਤੋਂ ਸਾਹਮਣੇ ਆਈਆਂ ਨੇ, ਜਿੱਥੇ ਕਿ ਇੱਕ ਤੇਜ਼ ਰਫ਼ਤਾਰ ਔਡੀ ਕਾਰ ਦਾ ਕਹਿਰ ਦੇਖਣ ਨੂੰ ਮਿਲਿਆ। ਲੋਕਾਂ ਦਾ ਕਹਿਣਾ ਕਿ 150 ਦੀ ਸਪੀਡ ਦੇ ਉੱਤੇ ਔਡੀ ਕਾਰ ਆ ਰਹੀ ਸੀ, ਹਾਲਾਂਕਿ ਜੋ ਕਾਰ ਦੇ ਵਿੱਚ ਸਵਾਰ ਸੀ ਸਾਰੇ ਹੀ ਨਸ਼ੇ ਦੇ ਵਿੱਚ ਧੁੱਤ ਦੱਸੇ ਜਾ ਰਹੇ ਨੇ, ਅਤੇ ਸਿਰਫ ਸੋਰੀ ਸੋਰੀ ਕਹਿੰਦੇ ਹੀ ਇਹ ਸਾਰੇ ਨਜ਼ਰ ਆਏ, ਪਰ ਇੰਨੇ ਦੇ ਵਿੱਚ ਉਹ ਵੀ ਗਾਇਬ ਹੋ ਗਏ। ਅਤੇ ਪੁਲਿਸ ਨੂੰ ਜਦੋਂ ਮੌਕੇ 'ਤੇ ਫੋਨ ਕੀਤਾ ਪਹਿਲਾਂ ਪੁਲਿਸ 1 ਕਿਲੋਮੀਟਰ ਪਿੱਛੇ ਖੜ੍ਹੀ ਰਹੀ, ਅਤੇ ਫਿਰ ਬੜੀ ਮੁਸ਼ਕਲ ਦੇ ਨਾਲ ਜਾਂਚ ਕਰਨ ਦੇ ਲਈ ਮੌਕੇ ਦੇ ਉੱਤੇ ਪਹੁੰਚਦੀ ਹੈ। ਪੁਲਿਸ ਨਹੀਂ ਆਈ ਉਰੇ, ਪੁਲਿਸ ਇਹਨਾਂ ਨੇ ਕੰਪਲੇਂਟ ਕੀਤੀ 112 ਤੇ, ਕਹਿੰਦੇ PCR ਵਾਲੀ ਗੱਡੀ ਪਿੱਛੇ ਖੜੀ ਰਹੀ ਆ ਪਰ ਇੱਥੇ ਨਹੀਂ ਆਈਗੀ ਵੇਖਣ ਵਾਸਤੇ। ਤੁਹਾਡੇ ਸਾਹਮਣੇ ਜਦੋਂ ਤੁਸੀਂ ਆਏ ਹੋ ਵੀਡੀਓ ਬਣਾਈ ਆ, ਤੁਸੀਂ PCR ਵਾਲੇ ਆਏ ਆ ਤਾਂ 1 ਮਿੰਟ ਨਹੀਂ ਖੜੇ, ਕਹਿੰਦੇ ਅਸੀਂ ਅੱਗੇ ਚੱਲੇ ਹਾਂ, ਤੁਸੀਂ ਪਹਿਲਾਂ ਫੋਨ ਨੰਬਰ 'ਤੇ ਕੰਪਲੇਂਟ ਕਰੋ ਫਿਰ ਅਸੀਂ ਇੱਥੇ ਆਵਾਂਗੇ। ਕੰਪਲੇਂਟ ਕਰੀ ਤਾਂ ਅੱਧਾ ਘੰਟਾ ਹੋ ਗਿਆ ਫੋਨ ਕਰਿਆ ਨੂੰ PCR ਵਾਲਿਆਂ ਨੂੰ, ਬਸ ਇੱਥੇ ਤਾਂ 1 ਕਿਲੋਮੀਟਰ ਦੂਰ ਹੀ ਖੜੇ ਹਾਂ, ਪਰ ਹੁਣ ਤੱਕ ਆਏ ਨਹੀਂ, ਹੁਣ ਗਏ ਆ ਕਹਿੰਦੇ ਹੋਰ ਪਾਸੇ ਜਾ ਰਹੇ, ਬਾਅਦ ਮੈਂ ਆਊਂਗੇ ਫਿਰ ਦੁਬਾਰਾ ਕੰਪਲੇਂਟ ਕਰੂੰਗੇ। ਦੋਨਾਂ ਗੱਡੀਆਂ ਦੇ ਨੰਬਰ ਨੋਟ ਕਰਵਾਤੇ ਸੀਗੇ ਇੱਕ ਕਾਲ ਕਰਕੇ ਉਹਨਾਂ ਨੇ। ਪੂਰਾ ਹਾਦਸਾ ਕਿਹਦਾ, ਡਿਟੇਲ ਕੀ ਆਈ ਹੈ ਤੁਹਾਡੇ ਕੋਲ ਕੋਈ ਜਾਣਕਾਰੀ? ਬਸ ਯਾਰ ਆਇਆ ਕਹਿ ਰਹੇ ਵੀ ਹੁਣ ਇਹ ਤਾਂ ਪਤਾ ਨਹੀਂ ਵੀ ਉਹ ਗੱਡੀ ਖੜੀ ਸੀ ਕਿਆ ਕੰਮ, ਉਹ ਤਾਂ ਪਤਾ ਨਹੀਂ ਹੈ ਜੀ, ਬਾਕੀ ਇਹ ਗੱਡੀ ਨਹੀਂ ਮਾਰੇ ਪਿੱਛੇ ਦੇ ਵਾਲੀ, ਇਹ ਵਾਲੀ ਗੱਡੀ ਨੇ। ਅੱਛਾ, ਇਹ ਵੀਰੇ ਵੀ ਆਪਣੀ ਗੱਡੀ ਟਰਾਲੀ ਦੇ ਕੋਲ ਬੈਕ ਸਾਈਡ ਲਾ ਕੇ, ਹੋਟਲ ਤੋਂ ਬੈਕ ਸਾਈਡ ਕਾਫੀ ਘੱਟੋ ਘੱਟ ਵੀ 50 ਫੁੱਟ ਦੀ ਦੂਰੀ 'ਤੇ ਗੱਡੀ ਲਾ ਕੇ ਅੱਗੇ ਚਾਹ ਪੀ ਰਿਹਾ ਸੀਗਾ ਡਰਾਈਵਰ, ਪੀਂਦਾ ਪੀਂਦਾ ਇੱਕ ਜਿਹੜਾ ਵਿਅਕਤੀ ਪਤਾ ਨਹੀਂ ਗੱਡੀ ਵਾਲਾ ਸੀ ਕਿ ਪਤਾ ਨਹੀਂ ਕੋਈ ਹੋਰ ਹੈ, ਉਹ ਬਾਹਰ ਖੜਾ ਸੀਗਾ, ਪਿੱਛੋਂ ਘੱਟੋ ਘੱਟ ਵੀ 150 ਦੀ ਸਪੀਡ 'ਤੇ ਗੱਡੀ ਆ ਰਹੀ ਸੀਗੀ, ਅਤੇ ਗੱਡੀ ਦੀ ਹੈਂਡ ਬ੍ਰੇਕ ਵੀ ਚੱਕੀ ਹੋਈ ਸੀਗੀ, ਜਿਹੜੀ ਗੱਡੀ ਆਰਟੀਗਾ ਖੜੀ ਹੋਈ ਆ ਪਿੱਛੋਂ ਧੱਕਦਾ ਹੋਇਆ, ਬਾਈਕ ਇੱਕ ਥੱਲੇ ਆਈ ਆ, 2 ਟੇਬਲ ਥੱਲੇ ਮਿਲ ਅਤੇ ਦੁਕਾਨ ਦਾ ਨੁਕਸਾਨ ਕਾਫੀ ਕਰਤਾ, ਅਤੇ ਘੱਟੋ ਘੱਟ ਵੀ 20 ਫੁੱਟ ਔਡੀ ਗੱਡੀ ਜਿਹੜੀ ਆਰਟੀਗਾ ਨੂੰ ਪਿੱਛੋਂ ਖਿੱਚ ਕੇ ਲਿਆਈ ਅੱਗੇ ਦੁਕਾਨ ਦੇ ਅੱਗੇ, ਨੁਕਸਾਨ ਬਹੁਤ ਜ਼ਿਆਦਾ ਹੋਇਆ, ਉਹ ਵੀ ਡਰਾਈਵਰ ਬੰਦਾ ਉਹ ਵੀ ਜ਼ਖਮੀਆਂ ਨੂੰ ਲੈ ਗਏ ਆ, ਪਰ ਜਿਹੜੇ ਔਡੀ ਵਾਲੇ ਮੁੰਡੇ ਜਿੰਨੇ ਵੀ ਔਡੀ ਵਾਲੇ ਮੁੰਡੇ ਆ ਇਹਨਾਂ ਨੇ ਫੁੱਲ ਡਰਿੰਕ ਕੀਤੀ ਹੋਈ ਆ, ਲੱਤਾਂ 'ਤੇ ਖੜਿਆ ਨਹੀਂ ਜਾ ਰਿਹਾ ਇਹਨਾਂ ਤੋਂ, ਬਸ ਇੰਨਾ ਕਹਿ ਰਿਹਾ ਕਿ ਸੋਰੀ ਵੀਰੇ ਗਲਤੀ ਹੋਈ ਆ, ਪਰ ਇਹ ਆ ਵੀ ਸੋਰੀ ਸੋਰੀ ਕਿ ਨਹੀਂ ਸਰਦਾ ਗਾ ਡਰਿੰਕ ਕੰਮ ਕਰਦਾ ਭਾਅ ਜੀ, ਮੈਂ ਵੀਰੇ ਕੈਬ ਚਲਾਉਂਦਾ ਹਾਂ ਇੱਥੇ। ਹਾਂਜੀ ਭਾਈ ਜੀ, ਅਸੀਂ ਤਾਂ ਅੰਦਰ ਤੇ ਸਾਨੂੰ ਤਾਂ ਪਤਾ ਹੀ ਲੱਗਿਆ ਪਿੱਛੋਂ ਗੱਡੀਆਂ ਆ ਕੇ ਰੁਕੀਆਂ, ਸਾਡੀ ਤਾਂ ਦੁਕਾਨ ਦਾ ਨੁਕਸਾਨ ਕਰਕੇ ਜਾ ਰਹੇ। ਅੱਛਾ, ਹਾਂਜੀ, ਅਤੇ ਇਹ ਗੱਡੀ ਕਿਹੜੀ ਆ ਕੇ ਵੱਜੀ ਪਿੱਛੇ? ਮੋਹਰੇ ਵਾਲੀ ਔਡੀ ਖੜੀ। ਔਡੀ, ਬੰਦੇ ਕਿੰਨੇ ਜ਼ਖਮੀ ਹੋਏ ਨੇ? ਜ਼ਖਮੀ ਇੱਕ ਬੰਦੇ ਨੂੰ ਦੇ ਦਿੱਤੇ ਜ਼ਿਆਦਾ।